ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਅਕਾਲ ਚੈਨਲ ਦੇ ਉੱਤੇ ਇਸ ਵੇਲੇ ਫੇਸਬੁੱਕ ਪੇਜ ਦੇ ਉੱਤੇ ਅਸੀਂ ਲਾਈਵ ਹੋਏ ਹਾਂ, ਵਿਸ਼ੇਸ਼ ਕਰਕੇ ਜੋ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਜਿਹੜਾ ਬਣਿਆ ਹੋਇਆ, ਇਸ ਵੇਲੇ ਵੱਡੀ ਖਬਰ ਜੇ ਕਹੀਏ ਕਿ ਲਗਭਗ ਸਾਰੀ ਹੀ ਪੰਜਾਬ ਦੀ ਜਨਤਾ, ਪੰਜਾਬ ਵਿੱਚ ਵਸਣ ਵਾਲੀ ਹੋਵੇ ਚਾਹੇ ਬਾਹਰਲਿਆਂ ਦੇਸ਼ਾਂ ਦੇ ਵਿੱਚ, ਇਸ ਵੇਲੇ ਲਾਈਵ ਕਾਫੀ ਚੈਨਲਾਂ ਦੇ ਉੱਤੇ ਫਤਿਹਵੀਰ ਸਿੰਘ ਦਾ ਉਹ ਜਿਹੜਾ ਓਪਰੇਸ਼ਨ ਹੈਗਾ ਉਹਨੂੰ ਦੇਖਿਆ ਜਾ ਰਿਹਾ ਕਿ ਕਿਵੇਂ ਕੱਢਿਆ ਜਾ ਰਿਹਾ ਫਤਿਹਵੀਰ ਸਿੰਘ ਨੂੰ। ਅੱਜ ਸਾਡੇ ਬਹੁਤ ਸਾਰੇ ਜਿਹੜੇ ਮੀਡੀਆ ਚੈਨਲਸ ਵੀ ਉੱਥੇ ਮੌਜੂਦ ਨੇ ਜਿਹੜੇ ਲਾਈਵ ਤੁਹਾਨੂੰ ਦਿਖਾ ਰਹੇ ਨੇ, ਬਹੁਤ ਚੰਗੀ ਗੱਲ ਵੀ ਹੈ। ਅਤੇ ਅਸੀਂ ਜਿਹੜੀ ਇਹ ਅੱਜ ਜਿਹੜਾ ਪ੍ਰੋਗਰਾਮ ਇਹਦੇ ਉੱਤੇ ਲੈ ਕੇ ਵਿਸ਼ੇਸ਼ ਹਾਜ਼ਰ ਹੋਏ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਕਿ ਫਤਿਹਵੀਰ ਸਿੰਘ ਜੋ 2 ਸਾਲ ਦਾ ਛੋਟਾ ਜਿਹਾ ਮਾਸੂਮ ਬੱਚਾ, ਅਤੇ ਅੱਜ ਚੌਥੀ ਰਾਤ ਬੀਤਣ ਵਾਲੀ ਹੈ, ਆਪਾਂ ਇਹ ਕਹਿ ਸਕਦੇ ਹਾਂ ਕਿ ਰਾਤ ਪੈ ਚੁੱਕੀ ਹੈ, ਤਕਰੀਬਨ 10 ਵੱਜ ਚੁੱਕੇ ਨੇ, ਪਰ ਫਿਰ ਵੀ ਹਜੇ ਤੱਕ ਕੋਈ ਵੀ ਐਸੀ ਗੱਲਬਾਤ ਸਾਹਮਣੇ ਨਹੀਂ ਆਉਂਦੀ ਦਿਖਦੀ ਕਿ ਫਤਿਹਵੀਰ ਸਿੰਘ ਨੂੰ ਕਦੋਂ ਕੱਢਿਆ ਜਾਵੇਗਾ, ਕਿੰਨਾ ਸਮਾਂ ਹੋਰ ਲੱਗੇਗਾ। ਕੱਲ੍ਹ ਯਾਨੀ ਕਿ ਜੇ ਆਪਾਂ ਕਹੀਏ ਕਿ ਕੱਲ੍ਹ ਦੁਪਹਿਰ ਵੇਲੇ ਇੱਕ ਖਬਰ ਆਈ ਸੀ ਕਿ ਲਗਭਗ 1 ਘੰਟੇ ਦੇ ਜਿਹੜੇ ਸਮੇਂ ਦੇ ਮੁਤਾਬਕ ਉਸਨੂੰ ਬਾਹਰ ਕੱਢ ਲਿਆ ਜਾਏਗਾ, ਅਤੇ ਸਾਰਿਆਂ ਦੀਆਂ ਆਸਾਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਪਰ 1 ਘੰਟਾ ਕੀ ਰਾਤ ਪੈ ਗਈ, ਰਾਤੋਂ ਦਿਨ ਹੋ ਗਿਆ, ਲੋਕ ਸਵੇਰੇ ਸੌਂ ਕੇ ਉੱਠ ਗਏ, ਤਾਂ ਫਿਰ ਵੀ ਜਦੋਂ ਸਾਰਿਆਂ ਨੇ ਸਵੇਰੇ ਆਪਣੀਆਂ ਫੇਸਬੁੱਕ ਜਾਂ ਸੋਸ਼ਲ ਮੀਡੀਆ ਟੀਵੀ ਚੈਨਲ ਚੈੱਕ ਕੀਤੇ ਕਿ ਫਤਿਹਵੀਰ ਸਿੰਘ ਨੂੰ ਸ਼ਾਇਦ ਕੱਲ੍ਹ ਰਾਤ ਹੀ ਕੱਢ ਲਿਆ ਗਿਆ ਹੋਵੇ, ਪਰ ਉਹਨਾਂ ਦੀ ਜਿਹੜੀ ਇਹ ਗੱਲ ਜਿਹੜੀ ਆ ਝੂਠ ਨਿਕਲੀ। ਉਹਨਾਂ ਨੇ ਹਜੇ ਵੀ ਦੱਸਿਆ ਕਿ ਜਿਹੜਾ ਫਤਿਹਵੀਰ ਸਿੰਘ ਆ ਉਸੇ ਹੀ ਬੋਰਵੈਲ ਦੇ ਵਿੱਚ ਫਸਿਆ ਹੋਇਆ, ਜੋ ਕਿ ਇੱਕ ਮੰਦਭਾਗੀ ਗੱਲ ਵੀ ਸਾਡੇ ਵਾਸਤੇ ਅੱਜ ਹੈਗੀ ਆ। ਅਸੀਂ ਬਹੁਤ ਸਾਰੇ ਇਸ ਵੇਲੇ ਦੇਖ ਰਹੇ ਹਾਂ ਕਿ ਔਨਲਾਈਨ ਕਮੈਂਟਸ ਜਿਹੜੇ ਹੋ ਰਹੇ ਨੇ ਉਹਦੇ ਵਿੱਚ ਅਸੀਂ ਦੁਆਵਾਂ ਅਰਦਾਸਾਂ ਕਰ ਰਹੇ ਹਾਂ। ਅੱਜ ਇਹ ਗੱਲ ਸਾਡੇ ਸਾਹਮਣੇ ਸਾਫ਼ ਹੋ ਚੁੱਕੀ ਹੈ ਕਿ ਜਦੋਂ ਵੀ ਕੋਈ ਐਸੀ ਘਟਨਾ ਸਾਡੇ ਮੁਲਕ ਦੇ ਵਿੱਚ ਹੁੰਦੀ ਹੈ, ਉਹ ਦੁਆਵਾਂ ਦੇ ਸਦਕੇ ਹੀ ਉਹ ਇਨਸਾਨ ਬਚ ਜਾਵੇ ਤਾਂ ਬਚ ਜਾਵੇ, ਕਿਉਂਕਿ ਕੋਈ ਮਸ਼ੀਨਰੀ ਸਾਡੇ ਕੋਲ ਨਹੀਂ ਹੈਗੀ। ਵੈਸੇ ਇਹ ਸਮਾਂ ਨਹੀਂ ਹੈਗਾ ਕ੍ਰਿਟੀਸਾਈਜ਼ ਕਰਨ ਦਾ, ਪਰ ਅੱਜ ਇਹ ਗੱਲ ਕਿਉਂ ਕਰਨੀ ਪੈ ਰਹੀ ਹੈ, ਕਿਉਂਕਿ ਇੱਕ ਪਾਸੇ ਉਹ ਬੱਚਾ ਜਿਹਨੂੰ ਅੱਜ ਚੌਥੀ ਰਾਤ ਅੱਜ ਕਹਿ ਸਕਦੇ ਹਾਂ ਕਿ ਪੈ ਚੁੱਕੀ ਹੈ, ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸਾਰਾ ਪੰਜਾਬ, ਸਾਰਾ ਭਾਰਤ, ਉਸ ਤੋਂ ਬਾਅਦ ਬਾਹਰ ਬੈਠੇ ਲੋਕ ਜਿਹੜੇ ਇਸ ਵੇਲੇ ਲਾਈਵ ਦੇਖ ਰਹੇ ਨੇ ਕਿ ਕਦੋਂ ਸਾਨੂੰ ਉਹ ਖਬਰ ਸੁਣਨ ਨੂੰ ਮਿਲੇ ਕਿ ਫਤਿਹਵੀਰ ਸਿੰਘ ਉਸਨੂੰ ਬਾਹਰ ਕੱਢ ਲਿਆ ਗਿਆ ਅਤੇ ਉਹਦੀ ਜਾਨ ਬਚ ਗਈ ਹੈ, ਉਹਨੂੰ ਹੌਸਪੀਟਲ ਵਗੈਰਾ ਦੇ ਵਿੱਚ ਲਿਜਾਇਆ ਗਿਆ, ਜਾਂ ਉਹਦੀ ਸਾਰੀ ਗੱਲਬਾਤ ਜਿਵੇਂ ਵੀ ਹੈਗੀ ਆ ਸਾਡੇ ਤੱਕ ਪਹੁੰਚੇ। ਪਰ ਦੇਖੀਏ ਤਾਂ ਸਮੇਂ ਦੇ ਨਾਲ ਨਾਲ ਇਹ ਸਾਰਾ ਕੁਝ ਡਿਲੇ ਹੁੰਦਾ ਜਾ ਰਿਹਾ, ਹੱਥਾਂ ਦੇ ਨਾਲ ਮਿੱਟੀ ਕੱਢਣ ਦੀ ਨੌਬਤ ਜੇ ਕਹੀਏ ਕਿ ਆ ਗਈ ਹੈ। ਬੀਤੇ ਹੋਏ ਸਮੇਂ ਦੇ ਵਿੱਚ ਪ੍ਰਿੰਸ ਨਾਂ ਦਾ ਜਿਹੜਾ ਇੱਕ ਛੋਟਾ ਬੱਚਾ ਜੋ ਬੋਰਵੈਲ ਦੇ ਵਿੱਚ ਡਿੱਗ ਗਿਆ ਸੀ, 2 ਦਿਨ ਉਹਨੂੰ ਕੱਢਣ ਦੇ ਵਿੱਚ ਲੱਗ ਗਏ, ਪਰ ਭਾਰਤੀ ਫੌਜ ਨੇ ਆ ਕੇ ਉਸਨੂੰ ਕੱਢ ਲਿਆ। 2 ਦਿਨ ਹਰਿਆਣੇ ਦਾ ਮੁੱਖ ਮੰਤਰੀ ਉੱਥੇ ਹੀ ਬੈਠਾ ਰਿਹਾ, ਕਿਤੇ ਗਿਆ ਨਹੀਂ, ਕਿ ਜਦੋਂ ਤੱਕ ਇਹ ਬੱਚਾ ਜਿਹੜਾ ਕੱਢ ਨਹੀਂ ਲਿਆ ਜਾਂਦਾ ਤੇ ਉਸ ਵੇਲੇ ਤੱਕ ਕਿਤੇ ਨਹੀਂ ਜਾਣਾ। ਹਰਿਆਣੇ ਦੀ ਇਹ ਘਟਨਾ ਹੈਗੀ ਹੈ ਜਦੋਂ ਫੌਜ ਨੇ ਆ ਕੇ ਉਸ ਪ੍ਰਿੰਸ ਨੂੰ ਬਾਹਰ ਕੱਢ ਲਿਆ ਸੀ। ਇਸ ਘਟਨਾ ਦੇ ਬਾਰੇ ਜੇ ਆਪਾਂ ਗੱਲ ਕਰੀਏ ਤੇ ਜੋ ਫਤਿਹਵੀਰ ਸਿੰਘ ਹੈ, 2 ਸਾਲ ਦਾ ਬੱਚਾ ਜਿਹੜਾ ਇੱਕ ਗਰੀਬ ਪਰਿਵਾਰ ਦੇ ਨਾਲ ਵੀ ਸੰਬੰਧਿਤ ਹੈ, ਕੋਈ ਵੀ ਫੌਜ, ਕੋਈ ਵੀ ਟੈਕਨੀਸ਼ੀਅਨ, ਕੋਈ ਵੀ ਐਕਸਪਰਟ ਜਿਹੜਾ ਇਹਨਾਂ 4 ਦਿਨਾਂ ਦੇ ਵਿੱਚ ਇੱਥੇ ਨਹੀਂ ਪਹੁੰਚਿਆ। ਪਹਿਲੇ ਦਿਨਾਂ ਦੀ ਗੱਲ ਕਰੀਏ ਤਾਂ ਕੁਝ ਐਸੀਆਂ ਟੀਮਾਂ ਨਜ਼ਰ ਜ਼ਰੂਰ ਆਈਆਂ ਸੀ ਕਿ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਬਹੁਤ ਸਾਰੇ ਐਕਸਪਰਟ ਆ ਗਏ ਨੇ, ਉਹ ਅੰਦਰ ਤੱਕ ਦੇਖ ਰਹੇ ਨੇ CCTV ਕੈਮਰਿਆਂ ਦੇ ਨਾਲ। ਪਰ ਹੁਣ ਜੇ ਆਪਾਂ ਗੱਲ ਕਰੀਏ, ਨਾ ਹੀ ਕੱਲ੍ਹ ਅਤੇ ਨਾ ਅੱਜ ਸਾਨੂੰ ਕੋਈ ਐਸਾ ਜਿਹੜਾ ਉੱਥੇ ਆਫੀਸ਼ੀਅਲ ਮਿਲਿਆ। ਬੀਤੇ ਹੋਏ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਕੇਸ ਹੋਏ ਨੇ ਜਿਹਦੇ ਵਿੱਚ ਐਸੇ ਹੀ ਜਿਹੜੇ ਬੋਰਵੈਲਾਂ ਦੇ ਵਿੱਚੋਂ ਜਾਂ ਹੋਰ ਜਿਹੜੇ ਵੀ ਬੋਰ ਹੁੰਦੇ ਨੇ ਧਰਤੀ ਦੇ ਵਿੱਚ, ਪਤਾਲ ਦੇ ਵਿੱਚ ਜਾਂ ਕੋਈ ਸਮੁੰਦਰ ਦੇ ਵਿੱਚ, ਜਿਵੇਂ ਥਾਈਲੈਂਡ ਦੇ ਵਿੱਚ ਇੱਕ ਬੱਚਿਆਂ ਦੀ ਪੂਰੀ ਟੀਮ ਘਿਰ ਗਈ ਸੀ, ਸੋ ਉਹਨੂੰ ਕੱਢਣ ਵਾਸਤੇ ਬਹੁਤ ਸਾਰੇ ਜਿਹੜੇ ਐਕਸਪਰਟ ਬੁਲਾ ਲਏ ਜਾਂਦੇ ਨੇ। ਅੱਜ ਜੇਕਰ ਕਹੀਏ ਬਾਏ ਏਅਰ ਵੀ ਕਿਸੇ ਨੂੰ ਬਾਹਰਲਿਆਂ ਮੁਲਕਾਂ ਤੋਂ ਵੀ ਸੱਦਣਾ ਹੋਵੇ ਤਾਂ 2-4 ਘੰਟਿਆਂ ਦਾ ਸਮਾਂ ਲੱਗਦਾ। ਬਾਹਰੋਂ ਸੱਦਣ ਦੀ ਵੀ ਅੱਜ ਜੇ ਆਪਾਂ ਕਹਿ ਲਈਏ ਕਿ ਲੋੜ ਨਹੀਂ ਹੈਗੀ, ਭਾਰਤ ਦੇ ਵਿੱਚ ਹੀ ਐਸੇ ਜਿਹੜੇ ਐਕਸਪਰਟ ਬੈਠੇ ਹੋਏ ਨੇ, ਇੰਜੀਨੀਅਰ ਵੱਡੇ ਵੱਡੇ ਬੈਠੇ ਹੋਏ ਨੇ ਜੋ ਇਹ ਸਾਰਾ ਕੁਝ ਕਰ ਸਕਦੇ ਆ। ਪਰ ਅੱਜ ਕੋਈ ਇਸ ਵੇਲੇ ਕਹਿ ਰਿਹਾ ਕਿ ਮੋਦੀ ਸਰਕਾਰ ਦੀ ਜਿਹੜੀ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਇਹ ਘਾਟ ਰਹਿ ਗਈ ਹੈ, ਅਤੇ ਕੋਈ ਕਹਿ ਰਿਹਾ ਕੈਪਟਨ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦੀ, ਕੋਈ ਕਾਂਗਰਸ ਨੂੰ ਕੋਸ ਰਿਹਾ, ਕੋਈ ਇਸ ਵੇਲੇ BJP ਨੂੰ ਕੋਸ ਰਿਹਾ। ਪਰ ਆਪਾਂ ਗੱਲ ਕਰਦੇ ਹਾਂ ਕਿ ਜੇ ਆਪਾਂ ਅੱਜ BJP ਦੀ ਸਰਕਾਰ ਦੀ ਗੱਲ ਕਰਦੇ ਹਾਂ, ਪੂਰੇ ਭਾਰਤ ਦੇ ਵਿੱਚ ਅੱਜ BJP ਦੀ ਸਰਕਾਰ ਹੈ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਸ਼ੁਰੂ ਕਰਦੇ ਹਾਂ ਪੰਜਾਬ ਤੋਂ, ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹਨਾਂ 4 ਦਿਨਾਂ ਦੇ ਵਿੱਚ ਇੱਕ ਵੀ ਟਵੀਟ, ਇੱਕ ਵੀ ਬਿਆਨ ਫਤਿਹਵੀਰ ਦੇ ਬਾਰੇ ਨਹੀਂ ਆਇਆ। ਅੱਜ ਉਹਨਾਂ ਨੇ ਇੱਕ ਦੁਪਹਿਰ ਵੇਲੇ ਇੱਕ ਕਮੈਂਟ, ਆਪਾਂ ਇੱਕ ਟਵੀਟ ਕੀਤਾ, ਮਾਫ਼ ਕਰਨਾ, ਕਿ ਪੰਜਾਬ ਦੇ ਵਿੱਚ ਐਸੀ ਤਰੱਕੀ ਕਰ ਦਿੱਤੀ ਜਾਏਗੀ, ਆਹ ਕਰ ਦਿੱਤਾ ਜਾਏਗਾ, ਉਹ ਕਰ ਦਿੱਤਾ ਜਾਏਗਾ। ਸੋ ਕਮੈਂਟਾਂ ਦੇ ਵਿੱਚ ਜੋ ਉਹਨਾਂ ਨੂੰ ਸੁਣਨਾ ਪਿਆ ਉਹ ਵੀ ਉਹ ਸ਼ਾਇਦ ਦੇਖਦੇ ਹੋਣਗੇ ਕਿ ਮੇਰੇ ਤੋਂ ਗਲਤੀ ਹੋ ਗਈ। ਪਰ ਇੱਕ ਵੱਡਾ ਸਵਾਲ ਇੱਥੇ ਪੈਦਾ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ, ਜਦੋਂ ਸਰਕਾਰ ਹੁੰਦੀ ਸੀ ਅਕਾਲੀ ਦਲ ਬਾਦਲ ਦੀ, ਤਾਂ ਜਦੋਂ ਵੀ ਬਾਦਲ ਸਾਹਿਬ ਨੂੰ ਮੀਡੀਆ ਪੁੱਛਦਾ ਸੀ ਕਿਸੇ ਗੱਲ ਬਾਰੇ, ਤਾਂ ਉਹਨਾਂ ਦਾ ਇੱਕੋ ਹੀ ਕਹਿਣਾ ਹੁੰਦਾ ਸੀ ਕਿ ਮੈਨੂੰ ਇਹਦੇ ਬਾਰੇ ਨਹੀਂ ਪਤਾ, ਮੈਂ ਇਹਦੇ ਤੋਂ ਅਣਜਾਣ ਹਾਂ।
पर कैप्टन साहब के मुँहों ये भी नहीं निकलिया कि मैं अनजाण हाँ, क्योंकि सारा कुछ उन्होंने सामने आ। पूरा पंजाब घर के बैठिया औरतां बजुर्ग बच्चे इस वेले टीवियां दे अगे बैठे हुए हैं कि कदों फतेहवीर बारे कोई गल साडे सामने आउंदी है। पर कैप्टन अमरिंदर सिंह दा एक भी शब्द ना कहना निंदण योग है। इत्थे एक वड्डा यह भी सवाल पैदा हो जांदा, जिहड़े कैप्टन अमरिंदर सिंह कहिंदे ने कि असी पंजाब दे विच जिहड़ा सिस्टम बड़ा वधिया बना देना, पिछले समय दे विच अकाली कह के गए ने कि कैलीफोर्निया पंजाब नूं बना देना, पर इन्हां दोनों की सरकारां दोनों ही पार्टियां नूं कहीए कि अज नाकामयाब दिखदियां ने। जिथे अज फौज की लोड़ सी, एक्सपर्ट्स की लोड़ सी, उत्थे एक संस्था उहदे सेवादार उत्थे लाए हुए ने ते उह वी अपने चैनल दे उत्तों लाइव ने, उह सारा दो चार दिन तो। अकाल चैनल नूं सबस्क्राइब करो, नवी वीडियोज़ दी नोटिफिकेशन दे लई बैल आइकन नूं क्लिक करना ना भुलना।